ਕਿਸਾਨ ਹਲਕੇ ਦੀ ਮੇਜਰ ਜਿਹੜੀ ਫੋਰਸ ਹੈ ਸਟਰੈਂਥ ਹੈ ਹਲਕੇ ਦੀ ਡਟੋਲ ਸਾਹਿਬ ਉਹਨਾਂ ਸਾਰੇ ਸਾਥੀ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਹੋਏ ਹੈ ਇੱਥੇ ਕਾਂਗਰਸ ਦਾ ਬਿਲਕੁਲ ਸਫਾਇਆ ਹੋ ਗਿਆ ਜਿਵੇਂ ਅੱਜ ਸਵੇਰੇ ਡੇਰਾ ਬਾਬਾ ਨਾਨਕ ਸਾਰੀ ਲੀਡਰਸ਼ਿਪ ਕਾਂਗਰਸ ਸ਼ਾਮਿਲ ਹੋ ਗਈ ਅੱਜ ਤਰਨ ਤਾਰਨ ਦੀ ਵੀ ਲੀਡਰਸ਼ਿਪ ਕਾਂਗਰਸ ਦੀ ਸ਼ਾਮਿਲ ਹੋ ਗਈ ਹੈ ਕਿਉਂਕਿ ਕਾਂਗਰਸ ਨਾ ਕੋਈ ਹਾਈ ਕਮਾਂਡ ਹੈ ਕੋਈ ਸੁਣਦਾ ਨਹੀਂ ਤਿੰਨ ਲੀਡਰ ਹੈ ਲੜੀ ਜਾਂਦੇ ਇੱਕ ਦੂਜੇ ਨੂੰ ਪੰਜਾਬ ਨੂੰ 5 ਸਾਲਾਂ 'ਚ ਬਰਬਾਦ ਕਰ ਦਿੱਤਾ ਹੈ ਮਾਝੇ ਦੇ ਲੋਕਾਂ ਦੇ ਵਿੱਚ ਇੱਕ ਧਾਰਨਾ ਹੈ ਕਿ ਮਾਲਵੇ ਦੇ ਵਿੱਚ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਸੀਟਾਂ ਮਿਲੀਆਂ ਸੀ ਤਾਂ ਸ਼ਾਇਦ ਇਸ ਵਾਰੀ ਮਾਝੇ ਦੇ ਵਿੱਚ ਵੀ ਉਹਨਾਂ ਨੂੰ ਉਹ ਰਿਸਪੌਂਸ ਮਿਲ ਸਕਦਾ ਹੈ ਬਿਲਕੁਲ ਮਾਲਵੇ ਤਾਂ ਮਾਲਵੇ ਵਿੱਚ ਤਾਂ ਆਮ ਆਦਮੀ ਪਾਰਟੀ ਖਤਮ ਹੀ ਹੋ ਗਈ ਹੈ ਮਾਲਵੇ ਵਿੱਚ ਆਮ ਆਦਮੀ ਪਾਰਟੀ ਖਤਮ ਹੋ ਗਈ ਹੈ ਕਿਉਂਕਿ ਉਹ ਲੋਕੀ ਜਾਣਦੇ ਉਹਨਾਂ ਨੂੰ 20 ਸੀਟਾਂ ਜਿੱਤੇ ਸੀ 11 ਲੋਕੀ ਭੱਜ ਗਏ ਹੈ ਤੇ 9 ਭੱਜਣ ਦੀ ਤਿਆਰੀ 'ਚ ਹੈ ਲੋਕਾਂ ਨੇ ਉਹਦਾ ਕੋਈ ਕਮਾਂਡ ਨਹੀਂ ਜਿੰਨੇ ਕ੍ਰਿਮੀਨਲ ਹੈ ਤੁਸੀਂ ਦੇਖਿਆ ਹੋਣਾ ਜਿਹੜਾ ਡੇਰਾ ਬਾਬਾ ਨਾਨਕ ਜਿਹਨੂੰ ਆਮ ਆਦਮੀ ਪਾਰਟੀ ਨੇ ਦਿੱਤੀ ਉਹ ਟੈਰਰਿਸਟ ਹੈ ਐਂਟੀ ਨੈਸ਼ਨਲ ਐਕਟ ਲੱਗਿਆ ਉਹਦੇ 'ਤੇ ਉਵੇਂ ਜਿਹੜੇ ਕਈਆਂ ਦੇ ਪਰਚੇ ਹੋਏ ਆ ਐਕਸਟੋਰਸ਼ਨ ਦੇ ਮਰਡਰ ਦੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਐਕਟੀ ਆਮ ਆਦਮੀ ਪਾਰਟੀ ਨੇ ਪੈਸੇ ਲੈ ਕੇ ਸੀਟਾਂ ਵੇਚੀਆਂ ਸੋ ਜਿਹੜਾ ਵੱਧ ਪੈਸੇ ਦਿੰਦਾ ਸੀ ਜਿਹੜੇ ਆਮ ਕਾਡਰ ਸੀ ਉਹ ਰਿਜੈਕਟ ਨਿਗਲੈਕਟ ਹੋਇਆ ਜਿਹਦੇ ਕਰਕੇ ਦੇਖਿਆ ਬਹੁਤ ਵੱਡੀ ਬਗਾਵਤ ਹੈ ਚੰਨੀ ਸਭ ਤੋਂ ਵੱਡਾ ਰੇਤ ਮਾਫੀਆ ਚੰਨੀ ਹੈ ਮੈਂ 2 ਮਹੀਨੇ ਦਾ ਕਹਿ ਰਿਹਾ 3 ਮਹੀਨੇ ਤੋਂ ਕਹਿ ਰਿਹਾ ਸਾਰਾ ਪੈਸਾ ਜੇ ਰੇਡ ਮਾਰੀ ਹੈ ਜੇ ਕੁਛ ਨਹੀਂ ਲੱਭਦਾ ਕਹਿ ਸਕਦੇ ਸੀ ਹੁਣ ਕਰੋੜਾਂ ਰੁਪਈਏ ਆ ਕਰੋੜਾਂ ਰੁਪਈਏ ਕੈਸ਼ ਲੱਭਿਆ ਫਿਰ ਉਹ ਚੰਨੀ ਇਹਦਾ ਇਹਨਾਂ ਨੇ ਆਪ ਤਾਂ ਨਹੀਂ ਲੈ ਕੇ ਆਏ ਆ ਇਹਦਾ ਜਵਾਬ ਦੇਣ ਜਿਹੜੇ ਰਾਤ ਨੂੰ ਚੰਨੀ ਨੇ 50 ਪੁਲਿਸ ਦੀਆਂ ਗੱਡੀਆਂ 'ਚ ਪੈਸਾ ਕੱਢਿਆ ਉਹ ਕਿੱਧਰ ਗਿਆ ਮੈਨੂੰ 50 ਪੁਲਿਸ ਦੇ ਲੋਕਾਂ ਨੇ ਦੱਸਿਆ ਉੱਥੋਂ ਦੇ ਕਿ ਚੰਨੀ ਨੇ ਸਾਡੀਆਂ ਗੱਡੀਆਂ 'ਚ ਆਪਣੇ ਜਿਹੜੇ ਸੂਟ ਕੇਸ ਭਰ ਭਰ ਕੇ ਪੈਸੇ ਘਰ ਰਾਤ ਕੱਢਿਆ ਆ ਸਾਰੀ ਚੀਜ਼ ਦੀ ਇਨਕੁਆਇਰੀ ਹੋ ਗਈ ਮਹੀਨਾ ਡੁੱਕ ਜਾਓ ਚੰਨੀ ਫੜਿਆ ਜਾਣਾ ਕਿਉਂਕਿ ਇਹਨੇ ਸਭ 2-3 ਮਹੀਨੇ ਕਰੋੜਾਂ ਰੁਪਈਏ ਲੁੱਟਿਆ